ਖਾਣੇ ਤੋਂ ਬਾਅਦ ਕਸਿਆ ਕਿੰਨਾ ਰਹਿੰਦਾ ਜੀ ਪੇਟ ਤੁਹਾਡਾ? ਇਹ ਤਾਂ 24 ਘੰਟੇ ਕਸਿਆ ਰਹਿੰਦਾ ਆ ਚੀਜ਼ ਇਥੋਂ। ਭੁੱਖਾ ਤਾਂ ਇਹ ਕਸੀ ਰਹਿੰਦਾ, ਮਤਲਬ ਹਮੇਸ਼ਾ ਹੀ ਕਸੀ ਰਹਿੰਦੀ ਹੈ, ਚਾਹੇ ਖਾ ਲਓ ਜਾਂ ਨਾ ਖਾਓ। ਹਾਂ ਜੀ। ਕਿੰਨੇ ਟਾਈਮ ਤੋਂ ਪਰੇਸ਼ਾਨ ਸੀਗੇ ਤੁਸੀਂ ਲਗਾਤਾਰ? 2.5 ਸਾਲ ਤੋਂ ਜੀ। ਮਤਲਬ 2.5 ਸਾਲ ਪਹਿਲਾਂ? ਹਾਂ ਜੀ। 2 ਮਹੀਨੇ ਠੀਕ ਰਹੇ ਹੋ ਸਿਰਫ? ਹਾਂ 2 ਮਹੀਨੇ ਠੀਕ ਰਹੇ। ਠੀਕ ਹੈ। ਜਿਹੜਾ 2.5 ਸਾਲ ਪਹਿਲਾਂ ਦਾ ਸਿਸਟਮ ਸੀਗਾ ਉਹਦੇ 'ਚ ਵੀ ਸੇਮ ਹੀ ਸੀ ਜਾਂ ਇਸ ਤੋਂ ਵੱਧ ਸੀ ਜਾਂ ਘੱਟ ਸੀ? ਇਸ ਤੋਂ ਵੱਧ ਉਹਦਾ ਦਰਦ ਵੀ ਬਹੁਤ ਜ਼ਿਆਦਾ ਹੁੰਦਾ ਸੀ, ਹਿੱਸਾ ਪੈਂਦੀ ਹੁੰਦਾ, ਦਰਦ ਜ਼ਿਆਦਾ ਹੁੰਦਾ ਸੀ? ਹਾਂ ਜ਼ਿਆਦਾ ਸੀ ਜਾਣੀ, ਜ਼ਿਆਦਾ ਸੀ। ਹੁਣ ਜਾਣੀ ਉਹਨਾਂ ਨਹੀਂ ਹੈ, ਦਰਦ ਨਹੀਂ ਹੈਗਾ, ਖੂਨ ਆਈ ਜਾਂਦਾ ਤੇ ਕਮਜ਼ੋਰੀ ਹੈ ਜੀ। ਹੁਣ ਜਿਹੜਾ ਖੂਨ ਆਉਂਦਾ ਉਹ ਰੂਟੀਨ 'ਚ ਜਿਸ 7 ਵਾਰ ਜਾਂਦੇ ਹੋ ਤੁਸੀਂ, 7 ਵਾਰ ਆਊਗਾ? ਜੀ 7 ਵਾਰ ਆਊਗਾ ਜੀ। ਖੂਨ ਆਉਂਦਾ ਹੀ ਆਉਂਦਾ ਵਿੱਚ? ਆਉਂਦਾ ਹੀ ਆਉਂਦਾ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਮੇਨ ਮਕਸਦ ਇਹ ਆ ਬਣਾਉਣ ਦਾ ਵੀ ਜਿਹੜੀ ਤੁਸੀਂ ਆਹ ਚੀਜ਼ ਦੇਖ ਰਹੇ ਹੋ, ਇਹ ਏਰੀਆ ਜਿਹੜਾ ਹੈਗਾ ਸੋਲਰ ਪਲੈਕਸ ਰੀਜਨ ਆ, ਇਹ ਸਵੀਰ ਦਾ ਪੱਕਿਆ ਹੋਣ ਕਰਕੇ ਇਹਨਾਂ ਨੂੰ ਵਾਰ ਵਾਰ ਟੋਇਲਟ ਜਾਣਾ ਪੈਂਦਾ। ਇੱਕ ਇਹਨਾਂ ਦੇ ਖੱਬੇ ਬੰਨੇ ਇੱਥੇ ਆ ਅੰਤਲੀ ਦਾ ਜਿਹੜਾ ਹਿੱਸਾ, ਲੋਅਰ ਪਾਰਟ ਆਫ ਇੰਟਸਟਾਈਨ ਜਿਹੜਾ ਹੈਗਾ ਲਾਰਜ ਇੰਟਸਟਾਈਨ ਦਾ, ਇਹਦੇ ਵਿੱਚ ਅਸੈਸ ਹੈਗੀ ਆ। ਅਸੈਸ ਮੀਨ ਜਾਂ ਅੰਤਲੀਆਂ ਦੀ ਸੋਜ, ਇਹ ਅੰਤਲੀ ਦਾ ਸਪੇਸ ਘਟਿਆ ਵਾ ਅੰਦਰੋਂ, ਉਹਦੇ 'ਚ ਹਵਾ ਭਰਦੀ ਆ। ਦੇਖੋ ਆਹ ਨਾਸਾ, ਜਿਹੜੀ ਜਿਵੇਂ ਪੇਸ਼ੈਂਟ ਨੂੰ ਪੁੱਛਾਂਗੇ ਆਪਾਂ, ਇੱਥੋਂ ਦਰਦ ਹੋ ਰਿਹਾ ਜੀ ਦੱਬੇ ਤੋਂ? ਹਾਂ ਜੀ, ਬਹੁਤ ਜ਼ਿਆਦਾ ਦਰਦ ਹੋ ਰਿਹਾ ਨਾ। ਹਾਂ, ਇਹ ਇੱਥੋਂ ਪੱਕਿਆ ਪਿਆ, ਇਹ ਬਲੌਕ ਹੋਈ ਆ ਇੰਟਸਟਾਈਨ ਜਿਹੜੀ ਹੈਗੀ ਆ, ਆਹ ਵਾਲਾ ਪਾਰਟ ਇਹਨਾਂ ਦਾ ਮਤਲਬ ਪ੍ਰੋਪਰ ਕੰਮ ਨਹੀਂ ਕਰ ਪਾ ਰਿਹਾ। ਉਹਦੇ ਕਰਕੇ ਕੀ ਹੁੰਦਾ, ਜਿੰਨਾ ਕੁ ਮਲ ਨੀਚੇ ਪਿਆ ਉਹ ਨੀਚੇ ਨਿਕਲ ਜਾਂਦਾ, ਜਿਹੜਾ ਇਹਦੇ ਉੱਪਰ ਪਿਆ ਅੰਤਲੀ ਹੁਣ ਆਪਣੀ ਇੱਦਾਂ ਕਰਕੇ ਵਿਸੀ ਹੁੰਦੀ ਆ ਜਾਲ। ਤੁਹਾਨੂੰ ਮੈਂ ਕਈ ਵਾਰ ਡਾਇਗਰਾਮ ਦੇ ਵਿੱਚ ਵੀ ਦਿਖਾਇਆ, ਇਹ 6.5 ਮੀਟਰ ਲੰਮੀ ਅੰਤਲੀ ਆ, ਛੋਟੀ ਵੱਡੀ ਮਿਲਾ ਕੇ ਅਕੋਰਡਿੰਗ ਟੂ ਮੈਡੀਕਲ ਸਾਇੰਸ। ਹੁਣ ਇਹਦੇ ਵਿੱਚ ਕੀ ਆ ਵੀ ਆਹ ਵਾਲਾ ਪਾਰਟ ਆ ਜਿਹੜਾ ਮਤਲਬ ਬਲੌਕ ਹੋਣ ਕਰਕੇ ਪ੍ਰੋਪਰ ਇਹ 'ਚ ਗੈਸ ਬਣੀ ਜਾ ਰਹੀ ਆ, ਗੈਸ ਬਣਦੀ ਹੈ, ਫਿਰ ਵਾਰ ਵਾਰ ਇਹਨੂੰ ਲੈਟਰੀਨ ਜਾਣਾ ਪੈਂਦਾ, ਲੈਟਰੀਨ 'ਚ ਬਲੱਡ ਆਉਂਦਾ ਕਿਉਂਕਿ ਅਲਸਟ੍ਰੇਸ਼ਨ ਦੀ ਪ੍ਰੋਬਲਮ ਆ ਇੱਥੇ ਇੰਟਸਟਾਈਨ ਦੇ ਵਿੱਚ। ਇਸ ਕਰਕੇ ਇਸ ਵੀਡੀਓ ਨੂੰ ਮਤਲਬ ਤੁਹਾਨੂੰ ਦਿਖਾਉਣ ਦਾ ਮਕਸਦ ਇਹੀ ਹੈ ਵੀ ਜਿਹੜੀ ਕਿ ਇਹ ਪ੍ਰੋਬਲਮ ਮੈਡੀਕਲ ਸਾਇੰਸ ਦੇ ਅਕੋਰਡਿੰਗਲੀ ਡਾਕਟਰ ਲੋਕ ਮੰਨਦੇ ਨਹੀਂ ਇਸ ਚੀਜ਼ ਨੂੰ, ਕਿ ਇਹ ਜਿਹੜੀ ਸੋਜ ਆ ਇਹਨਾਂ ਤਾਂ ਕਿਸੇ ਸਿਟੀ 'ਚ ਆਉਂਦੀ ਆ ਨਾ ਕਿਸੇ MRI 'ਚ ਆਉਂਦੀ ਆ, ਜਿਹੜੇ ਪੇਸ਼ੈਂਟ ਨੂੰ ਹੋਈ ਹੁੰਦੀ ਆ ਉਹਨੂੰ ਖੁਦ ਨੂੰ ਪਤਾ ਹੁੰਦਾ। ਹੁਣ ਇੱਥੇ ਜਿਹੜੀ ਇਹਨਾਂ ਦੇ ਆਹ ਚੀਜ਼ ਦੀ ਅਫਸੈਸ ਆ, ਇਹਨੂੰ ਜਿਹੜੀ ਆਪਾਂ ਮਸ਼ੀਨ ਲਾ ਚੁੱਕੇ ਹਾਂ ਉਹ ਮਸ਼ੀਨ ਦੇ ਨਾਲ ਉਤਰਦੀ ਆ। ਅਸੀਂ ਆਮ ਖਾਸ ਪੇਸ਼ੈਂਟਾਂ ਦੇ ਦੇਖਦੇ ਹਾਂ, ਅੱਜ ਆਪਣੇ ਕੋਲ ਪਹਿਲੀ ਵਾਰ ਆਏ ਨੇ, ਜਿਵੇਂ ਜਿਵੇਂ ਇਹਨਾਂ ਦੀ ਮਸ਼ੀਨ ਲੱਗੇਗੀ, 3-4 ਵਾਰ ਲੱਗ ਗਈ, ਇਹਦੇ ਨਾਲ ਚੀਜ਼ ਸੌਖੀ ਹੋ ਜਾਣੀ ਹੈ, ਨਾਲ ਦਵਾਈ ਲੱਗੂਗੀ ਉਹਦੇ ਨਾਲ ਫਰਕ ਪੈ ਜਾਣਾ, ਫਿਰ ਆਹ ਚੀਜ਼ ਦੀ ਸੋਜ ਨਿਕਲ ਜਾਂਦੀ ਹੈ। ਬਾਕੀ ਸੋਜ ਨੂੰ ਉਤਾਰਨ ਦੇ ਲਈ ਘਰੇ ਤੁਸੀਂ ਕੀ ਕਰ ਸਕਦੇ ਹੋ, ਹੁਣ ਵੀਰ ਜੀ ਨੂੰ ਦੱਸਾਂਗੇ, ਧਿਆਨ ਨਾਲ ਤੁਸੀਂ ਦੇਖ ਲਿਓ ਕੀ ਹੁੰਦਾ। ਜਿਵੇਂ ਆਪਣਾ ਹਥੇਲੀ ਆ, ਪੇਸ਼ੈਂਟ ਆਪਣੀ ਹਥੇਲੀ ਦੇ ਨਾਲ ਮਸਾਜ ਕਰਨੀ ਆ, ਤੇਲ ਆ ਸਾਡੇ ਕੋਲ ਇੱਕ ਜੜੀ ਬੂਟੀਆਂ ਤੋਂ ਤਿਆਰ ਕੀਤਾ ਵਾ, ਉਹ ਦਿੰਦੇ ਹਾਂ, ਉਹਦੇ ਨਾਲ ਸੋਜ ਨਿਕਲਦੀ ਆ। ਇੱਦਾਂ ਕਰਕੇ 10 ਮਿੰਟ ਮਾਲਸ ਕਰਨੀ ਆ ਕਲੋਕ ਵਾਈਜ਼ ਐਂ 10 ਮਿੰਟ ਮਾਲਸ ਕਰੋਗੇ ਇੱਥੇ ਆ ਚੀਜ਼ 'ਤੇ। ਬਾਕੀ ਇਹਨਾਂ ਦੇ ਇੱਥੇ ਓਬਸਟ੍ਰਕਸ਼ਨ ਆ, ਜਿੱਥੇ ਮਤਲਬ ਸੋਜ ਹੁੰਦੀ ਆ ਉੱਥੇ ਵੱਲ ਮਸਾਜ ਕਰਵਾਉਣੀ ਆ, 10 ਮਿੰਟ ਇੱਥੇ ਲੱਗਣਗੇ, 10 ਮਿੰਟ ਹੀ ਇੱਥੇ ਆ ਜਗ੍ਹਾ 'ਤੇ ਮਾਲਸ ਕਰਨੀ ਆ, ਇੱਦਾਂ ਕਲੋਕ ਵਾਈਜ਼ ਹੀ ਕਰਨੀ ਆ। 10 ਮਿੰਟ ਪੂਰਾ ਘੜੀ ਦੇਖ ਕੇ ਟਾਈਮ ਲਾਉਣਾ, ਫਿਰ ਉਸ ਤੋਂ ਬਾਅਦ 5 ਮਿੰਟ ਤੁਨੀ ਦੇ ਆਲੇ ਦੁਆਲੇ, ਇਹ 25 ਮਿੰਟ ਦਾ ਪ੍ਰੋਸੈਸ ਹੋ ਜਾਊਗਾ। 25 ਮਿੰਟ ਇਹ ਲਾਉਣ ਤੋਂ ਬਾਅਦ ਕੱਚ ਦੀ ਬੋਤਲ ਲੈਣੀ ਆ ਗੋਲ, ਉਹ 'ਚ ਗਰਮ ਪਾਣੀ ਪਾਉਣਾ, ਉਹਨੂੰ ਉੱਪਰ ਤੋਂ ਹੇਠਾਂ ਵੱਲ ਇੱਦਾਂ ਫਿਰਨਾ ਜਿਵੇਂ ਧੁੰਨੀ ਆ ਧੁੰਨੀ ਤੱਕ, ਇੱਦਾਂ ਇੱਦਾਂ ਕਰਕੇ ਇਹਦੇ ਲਾਉਣੇ 10 ਮਿੰਟ। 10 ਮਿੰਟ ਜਦੋਂ ਇੱਦਾਂ ਕਰਕੇ ਐਂ ਗੋਲ ਗੋਲ ਘੁਮਾਵਾਂਗੇ ਉੱਪਰ ਨੀਚੇ ਕਰਾਂਗੇ, ਉਹਦੇ ਨਾਲ ਇਹ ਚੀਜ਼ ਸੌਖੀ ਹੋਣੀ ਸ਼ੁਰੂ ਹੋ ਜਾਂਦੀ, ਜਿਵੇਂ ਜਿਵੇਂ ਮਸਾਜ ਹੋਈ ਜਾਂਦੀ ਹੈ। ਉਸ ਤੋਂ ਬਾਅਦ 10 ਮਿੰਟ ਜਿਹੜਾ ਆਹ ਪਾਸਾ ਬਲੌਕ ਆ ਇੱਥੋਂ ਤੋਂ ਇੱਥੇ ਤੱਕ, ਇਹਨੂੰ ਖੋਲ੍ਹਣ ਵਾਸਤੇ ਇੱਦਾਂ ਲਾਉਣੇ ਆ ਉੱਪਰ ਤੋਂ ਹੇਠਾਂ ਵੱਲ, ਫਿਰ ਉਸ ਤੋਂ ਬਾਅਦ 5 ਮਿੰਟ ਪੂਰੇ ਹੀ ਪੇਟ ਦੇ ਲਾਉਣੇ ਨੀਚੇ ਵਾਲੇ ਹਿੱਸੇ ਦੀ, ਵੀ ਅੰਤਰੀ ਸਾਰੀ ਖੁੱਲ੍ਹ ਜੇ ਚੰਗੀ ਤਰ੍ਹਾਂ। ਇਹ ਕੰਮ ਰੋਟੀ ਤੋਂ ਲਗਭਗ 2 ਘੰਟੇ ਪਹਿਲਾਂ ਕਰਨਾ, ਸੁਬਾਹ ਵੀ ਸ਼ਾਮ ਨੂੰ, ਦੋਨੇ ਟਾਈਮ ਕਰਨ ਦੇ ਨਾਲ ਆਹ ਚੀਜ਼ ਸੌਖੀ ਹੋ ਜਾਣੀ ਹੈ, ਸੋਜ ਨਿਕਲ ਜਾਣੀ ਹੈ। ਜਦੋਂ ਸੋਜ ਨਿਕਲ ਗਈ ਅੰਤਰੀ ਆਪਦਾ ਕੰਮ ਕਰਨ ਲੱਗ ਗਈ, ਫਿਰ ਆਪਣੇ ਆਪ ਹੀ ਜੋ ਕੁਛ ਖਾਂਦੇ ਪੀਂਦੇ ਉਹ ਸਹੀ ਢੰਗ ਨਾਲ ਪਚਣ ਲੱਗ ਜਾਂਦਾ, ਫਿਰ ਟੋਇਲਟ ਬਣ ਕੇ ਆਉਣ ਲੱਗ ਜਾਂਦੇ, ਜਿਹੜੀ 5-5, 7-7 ਵਾਰ ਜਾਂਦੇ ਪੇਸ਼ੈਂਟ ਉਹ ਘੱਟਦਾ 2 ਵਾਰ 'ਤੇ ਆ ਜਾਂਦਾ, ਕਈਆਂ ਪੇਸ਼ੈਂਟਾਂ ਦਾ ਬਿਲਕੁਲ ਠੀਕ ਹੋ ਕੇ 1 ਵਾਰ 'ਤੇ ਆ ਜਾਂਦਾ। ਹਰੇਕ ਦੀ ਆਪਣੀ ਆਪਣੀ ਕੰਡੀਸ਼ਨ ਆ। ਅੱਜ ਦੀ ਵੀਡੀਓ 'ਚ ਇੰਨਾ ਹੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।